ਸਰਹੱਦੀ ਪਿੰਡ ਮੁਹਾੜ ਸੋਨਾ ਅਤੇ ਨੇੜਲੇ ਚਾਰ ਪਿੰਡਾਂ ਦੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਸਰਕਾਰੀ ਹਾਈ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਕਸ਼ਮੀਰ ਸਿੰਘ ਸਰਪੰਚ ਪਿੰਡ ਮੁਹਾੜ ਸੋਨਾ, ਅਮਰਜੀਤ ਕੌਰ ਸਰਪੰਚ ਪਿੰਡ ਮੁਹਾੜ ਸੋਨਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਆਗੂ ਜਗਦੀਸ਼ ਸਿੰਘ ਮਾਨਸਾ, ਬਸ਼ੀਰ ਸਿੰਘ, ਕਮਲਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਉਹਨਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ 12ਵੀਂ ਜਮਾਤ ਤੱਕ ਅਪਗ੍ਰੇਡ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਤਤਕਾਲੀ DEO ਵੱਲੋਂ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਇਸ ਤੋਂ ਇਲਾਵਾ 69 ਵਿਦਿਆਰਥੀਆਂ ਦੇ ਦਾਖਲੇ ਵੀ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇੱਥੇ ਕਲਾਸਾਂ ਸ਼ੁਰੂ ਨਹੀਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਅਤੇ ਨੇੜਲੇ ਪਿੰਡਾਂ ਦੇ 100 ਤੋਂ ਵੱਧ ਬੱਚੇ ਅਗਲੇਰੀ ਪੜ੍ਹਾਈ ਦੇ ਲਈ 15-16 ਕਿਲੋਮੀਟਰ ਦੂਰ ਸ਼ਹਿਰ ਜਾਂਦੇ ਨੇ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਦੇ ਨਾਲ ਹੀ ਇਹਨਾਂ ਨੇ ਹੋਰ ਕੀ ਕੁਝ ਕਿਹਾ, ਜ਼ਰਾ ਤੁਸੀਂ ਵੀ ਸੁਣੋ। ਸਰ, ਇਹ ਜਿਹੜਾ ਸਾਡੇ ਪਿੰਡ ਬਾਰਡਰ ਬੈਲਟ ਦੇ ਜਿਹੜੇ ਪਿੰਡ ਹੈਗੇ ਆ, ਮੁਹਾਰ ਜਮਸ਼ੇਰ, ਮੁਹਾਰ ਕਿਵਾ ਮਨਸਾ ਅਤੇ ਜਿਹੜਾ ਮੁਹਾਰ ਸੋਨਾ, ਸਾਡੀ ਹਾਲਤ ਇਹ ਹੈ ਜਿਹੜੀ ਜਦੋਂ ਵੀ ਸੱਤਾ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ, ਇਹਨਾਂ ਨੇ ਗਰੰਟੀਆਂ ਬਹੁਤ ਕੀਤੀਆਂ ਸਾਡੀ ਸਿਹਤ ਸਹੂਲਤ ਨੂੰ ਲੈ ਕੇ, ਸਾਡੀ ਸਿੱਖਿਆ ਨੂੰ ਲੈ ਕੇ। ਅੱਜ ਸਾਡੀ ਸਿੱਖਿਆ ਦੇ ਹਾਲਤ ਇਹ ਹੈ ਜੀ, ਅੱਜ ਇੱਥੇ 12ਵੀਂ ਤੱਕ ਦੀ ਜਿਹੜੀ ਕਲਾਸਾਂ ਨਹੀਂ ਲਾਈਆਂ ਜਾ ਰਹੀਆਂ ਜੀ। ਅੱਜ ਸਾਨੂੰ ਇਹ ਕਹਿ ਦਿੱਤਾ ਗਿਆ ਤੁਹਾਡਾ ਸਕੂਲ ਜਿਹੜਾ ਬਣਨ ਯੋਗ ਨਹੀਂ ਹੈਗਾ। ਜਦੋਂ DO ਸੀ, DO ਮੈਡਮ ਆਏ ਇੱਥੇ, ਨੀਂਹ ਪੱਥਰ DO ਮੈਡਮ ਦੇ ਹੱਥ ਦਾ ਰੱਖਿਆ ਹੋਇਆ ਹੈਗਾ। ਅੱਜ ਵੀ ਸਾਡੇ ਬਕਾਇਦਾ ਫੋਟੋਜ਼ ਪਈਆਂ, ਅੱਜ ਉਹੀ DO ਜਿਹੜੀ ਮੈਡਮ ਆਪਦੇ ਜਿਹੜੇ ਸ਼ਬਦਾਂ ਤੋਂ ਜਿਹੜੀ ਸ਼ਬਦਾਵਲੀ ਜਿਹੜੀ ਉਹ ਗਲਤ ਵਰਤ ਰਹੀ ਹੈ, ਕਹਿੰਦੀ ਮੈਂ ਜਿਹੜੀ ਇਹ ਗਲਤ ਜਿਹੜਾ ਡਿਸੀਜਨ ਲੈ ਰਹੀ ਸੀਗੀ, ਅੱਜ ਜਿਹੜਾ ਉਹਨੂੰ ਮੈਂ ਠੀਕ ਕਰ ਰਹੀ ਹੈਗੀ। ਇਹ ਕਿਤੇ ਨਾ ਕਿਤੇ ਜਾ ਕੇ ਇਹਦੇ ਵਿੱਚ ਕਿਤੇ ਨਾ ਕਿਤੇ ਫਾਲਟ ਹੈਗਾ। ਅਸੀਂ ਕਹਿੰਦੇ ਹਾਂ ਜਿਹੜੀ DO ਮੈਡਮ ਹੈਗੀ ਆ, ਕੀ ਉਹਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੱਥੇ ਗਰਾਊਂਡ ਹੈਗਾ ਕਿ ਨਹੀਂ ਹੈਗਾ? ਕੀ ਉਹਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੱਥੇ ਸਟਰੈਂਥ ਕਿੰਨੀ ਹੈਗੀ ਆ? ਕੀ ਉਹਨੂੰ ਨਹੀਂ ਪਤਾ ਸੀਗਾ ਵੀ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਬੱਚੇ ਆ ਵੀ 15-15 ਕਿਲੋਮੀਟਰ ਜਿਹੜਾ ਦੂਰ ਪੜਨ ਜਾ ਰਹੇ ਹੈਗੇ? ਹਾਲਤ ਇਹ ਹੈ ਸਾਡੇ ਜਿਹੜੇ ਬੱਚੇ, ਪਿੱਛੇ ਇੱਕ ਮਹੀਨਾ ਪਹਿਲਾਂ ਹੋ ਗਿਆ ਸਾਡੇ ਮਨਸੇ ਦੀ ਕੁੜੀ ਇੱਕ ਹੈਗੀ ਆ, ਉਹ ਰੋਡ ਰੋਲਰ ਦੇ ਥੱਲੇ ਆ ਕੇ ਉਹਦੀ ਡੈਥ ਹੋ ਜਾਂਦੀ ਹੈਗੀ ਆ। ਉਹ ਗਰਲ ਸਕੂਲ ਦੀ ਜਿਹੜੀ ਲੜਕੀ ਹੈਗੀ ਆ ਜਿਹਨੂੰ 12 ਕਿਲੋਮੀਟਰ ਦੂਰ ਪੜਨ ਲਈ ਭੇਜਿਆ ਜਾਂਦਾ ਸੀਗਾ। ਅੱਜ ਜੇਕਰ ਉਹ ਸਾਡਾ ਸੀਨੀਅਰ ਸੈਕੰਡਰੀ ਸਕੂਲ ਅੱਜ ਇੱਥੇ ਹੁੰਦਾ ਅਤੇ ਅੱਜ ਉਹ ਕੁੜੀ ਜਿਹੜੀ ਪੈਦਲ ਜਾ ਕੇ ਵੀ ਘਰੇ ਪਹੁੰਚ ਸਕਦੀ ਸੀਗੀ। ਅਸੀਂ ਇਹ ਕਹਿੰਦੇ ਹਾਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਪ੍ਰਸ਼ਾਸਨ ਦੇ ਸਰਕਾਰ ਦੀ ਜਿਹੜੀਆਂ ਲੈਕੀਆਂ ਕਰਕੇ ਹੋ ਰਹੀਆਂ ਹੈਗੀਆਂ। ਸਰਕਾਰ ਜਿਹੜੀ ਸਿੱਖਿਆ ਨੂੰ ਲੈ ਕੇ ਅੱਜ ਸਿੱਖਿਆ ਨੂੰ ਜਿਹੜਾ ਵੇਚਣ 'ਤੇ ਲੱਗੀ ਹੋਈ ਆ, ਅੱਜ ਪ੍ਰਾਈਵੇਟ ਸਕੂਲ ਖੋਲ੍ਹੇ ਜਾ ਰਿਹਾ ਗਿਆ ਤਾਂ ਕਰਕੇ ਜਿਹੜੇ ਸਰਕਾਰੀ ਸਕੂਲਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਹੈਗੀ। ਲਕਸ਼ਮੀਰ ਸਿੰਘ, ਸਰਪੰਚ ਪਿੰਡ ਮਾਰਖੇਵੇ ਤੋਂ। ਇਹ ਸਾਡੇ ਮਾਰ ਸੋਨੇ ਦਾ ਸਕੂਲ ਜਿਹੜਾ ਪਿਛਲੇ ਦਿਨਾਂ ਵਿੱਚ ਅਪਗ੍ਰੇਡ ਹੋਇਆ ਸੀ, ਪਲੱਸ 1-2 ਦਾ ਅਤੇ ਹੋਇਆ ਸੀ, ਅਤੇ ਇਹ ਹੁਣ ਆਉਂਦੇ ਨੇ ਸਕੂਲ ਤੁਹਾਡਾ ਅਪਗ੍ਰੇਡ ਫੇਲ ਹੋ ਗਿਆ, ਅਤੇ ਪਿਛਲੇ ਸਾਲ ਸਾਡੇ ਐਡਮਿਸ਼ਨਾਂ ਵੀ ਹੋਈਆਂ ਸੀ +1 ਦੀਆਂ, ਕਿਸੇ ਕਾਰਨ ਉਹਨਾਂ ਕੋਲ ਟੀਚਰਾਂ ਦੀ ਕਮੀ ਹੈ। ਇਸ ਵਾਰੀ ਤੁਸੀਂ ਨਾ ਐਡਮਿਸ਼ਨਾਂ ਨਹੀਂ ਹੋਣਗੀਆਂ, ਅਗਲੇ ਸਾਲ ਤੁਹਾਡੇ ਲੱਗਣਗੀਆਂ। ਇਹ ਸਾਲ ਹੁਣ ਸਾਨੂੰ ਆਉਂਦੇ ਤੁਹਾਡਾ ਸਕੂਲ ਹੀ ਮਤਲਬ ਫੇਲ ਹੋ ਗਿਆ, ਸਾਨੂੰ ਇਹਦਾ ਦੱਸਿਆ ਜਾਵੇ ਵੀ ਕਿਉਂ ਫੇਲ ਹੋਇਆ ਹੈ। 16-17 ਕਿਲੋਮੀਟਰ ਸਾਨੂੰ ਇੱਥੇ ਫਾਜ਼ਿਲਕਾ ਪੈਂਦਾ ਹੈ, ਕੋਈ ਨੇੜੇ ਸਾਡੇ ਸਕੂਲ ਨਹੀਂ, ਕੋਈ ਕੁਛ ਨਹੀਂ ਹੈਗੇ। ਇਸ ਵਜ੍ਹਾ ਨਾਲ ਸਾਡੇ ਇੱਥੇ ਕਿਹੜੀਆਂ ਕੁੜੀਆਂ ਪੜ੍ਹਦੀਆਂ ਨੂੰ, ਇੱਕ ਤਾਂ ਸਾਡੇ ਮਾਂ ਪਿਓ ਦੀ ਨਜ਼ਰਾਂ ਦੇ ਵਿੱਚ ਕੁੜੀਆਂ ਰਹਿੰਦੀਆਂ ਨੂੰ, ਇੰਨੀ ਦੂਰ ਮਾਂ ਪਿਓ ਨੂੰ ਨਹੀਂ ਪਤਾ ਲੱਗਦਾ ਵੀ ਬੱਚੇ ਕੀ ਕਰ ਰਹੇ ਨੂੰ। ਅਤੇ ਸਾਡਾ ਸਕੂਲ ਜਿੰਨਾ ਚਿਰ ਸਾਨੂੰ ਇਹ ਕਲਾਸਾਂ 1-2 ਦੀਆਂ ਨਹੀਂ ਲੱਗਦੀਆਂ, ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੇ। ਮਿਸ਼ਨ ਦਾ ਕੰਮ ਹੈ ਉਹ ਸਰਕਾਰ ਪੱਧਰ ਦਾ, ਸਾਡੀ ਜੋ ਡਿਊਟੀ ਬਣਦੀ ਹੈ ਅਸੀਂ ਪ੍ਰਪੋਜ਼ਲ ਭੇਜਣੀ ਹੁੰਦੀ ਹੈ ਜੋ ਸਥਿਤੀ ਹੈ ਸਕੂਲ ਦੀ, ਸਕੂਲ ਕੋਲੋਂ ਕੀ ਫੈਸਿਲਿਟੀਜ਼ ਹੈਗੀਆਂ ਨੇ, ਜਗ੍ਹਾ ਦਾ, ਬੱਚਿਆਂ ਦੀ ਗਿਣਤੀ, ਦੂਰੀ ਆਸੇ ਪਾਸੇ ਦੇ ਸਕੂਲਾਂ ਦੀ, ਤਾਂ ਉਹ ਸਾਰੀ ਵੈਰੀਫਿਕੇਸ਼ਨ ਸਾਡੇ ਵੱਲੋਂ ਕੀਤੀ ਜਾਣੀ ਹੈ ਜੋ ਅਸੀਂ ਪੋਜ਼ੀਟਿਵਲੀ ਕਰਵਾ ਰਹੇ ਹਾਂ, ਅਤੇ ਹੋਪ ਕਰਦੇ ਹਾਂ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਪੋਜ਼ੀਟਿਵਲੀ ਸਰਕਾਰ ਤੱਕ ਪਹੁੰਚਾਵਾਂਗੇ, ਜੋ ਸਾਡੀ ਡਿਊਟੀ ਵੀ ਹੈ, ਤਾਂ ਸਰਕਾਰ ਪੱਧਰ 'ਤੇ ਇਹਦਾ ਜਿਹੜਾ ਫੈਸਲਾ ਉਸ ਤੋਂ ਬਾਅਦ ਲਿਆ ਜਾਏਗਾ, ਤਾਂ ਉਹ ਪਿੰਡ ਵਾਸੀਆਂ ਨੂੰ ਉਹ ਵੀ ਜਾਣਕਾਰੀ ਦੇ ਦਿੱਤੀ ਜਾਏ। ਤੇਜ ਚੈਨਲ ਦੇ ਲਈ ਫਾਜ਼ਿਲਕਾ ਤੋਂ SK ਵਰਮਾ ਦੀ ਰਿਪੋਰਟ।